ਇਹ ਵੀਡੀਓ ਜੋ ਤੁਸੀਂ ਦੇਖ ਰਹੇ ਹੋ ਇਹ ਸਿਰਫ ਭੰਗੜਾ ਆਰਟਿਸਟ ਹੀ ਨਹੀਂ ਸਗੋਂ ਇਹਨਾਂ 'ਚ ਪੰਜਾਬ ਦਾ ਇੱਕ ਕੈਬਨਿਟ ਮੰਤਰੀ ਵੀ ਹੈ। ਜੀ ਹਾਂ, ਦਰਅਸਲ ਇਹਨਾਂ ਸਭ ਦੇ ਵਿਚਕਾਰ ਜੋ ਇੱਕ ਚਿੱਟਾ ਕੁੜਤਾ ਪਜਾਮਾ ਪਹਿਨ ਕੇ ਇੱਕ ਵਿਅਕਤੀ ਭੰਗੜਾ ਪਾ ਰਿਹਾ, ਇਹ ਕੋਈ ਹੋਰ ਨਹੀਂ ਬਲਕਿ ਪੰਜਾਬ ਦਾ ਹੀ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ ਹੈ। ਦਰਅਸਲ ਇਹ ਵੀਡੀਓ ਸੁਲਤਾਨਪੁਰ ਲੋਧੀ ਦੀ ਹੈ ਜਿੱਥੇ ਸਮਾਗਮਾਂ ਦੀ ਰਿਹਰਸਲ ਚੱਲ ਰਹੀ ਸੀ ਅਤੇ ਮੰਤਰੀ ਸਾਹਿਬ ਖੁਦ ਵੀ ਭੰਗੜਾ ਟੀਮ ਦੇ ਨਾਲ ਭੰਗੜਾ ਪਾਉਂਦੇ ਦਿਖਾਈ ਦਿੱਤੇ। ਸਿਰਫ ਮੰਤਰੀ ਨਹੀਂ ਸਗੋਂ ਕਪੂਰਥਲਾ ਦੇ DC ਅਤੇ ਸੁਲਤਾਨਪੁਰ ਲੋਧੀ ਦੇ ਵਿਧਾਇਕ ਨਵਤੇਜ ਸਿੰਘ ਚੀਮਾ ਵੀ ਢੋਲ ਦੀ ਤਾਲ 'ਤੇ ਥਿਰਕਦੇ ਦਿਖਾਈ ਦਿੱਤੇ, ਜਿਸ ਦੀ ਵੀਡੀਓ ਚਰਨਜੀਤ ਚੰਨੀ ਨੇ ਆਪਣੇ ਫੇਸਬੁੱਕ ਪੇਜ 'ਤੇ ਸਾਂਝੀ ਕੀਤੀ ਹੈ। ਬਿਊਰੋ ਰਿਪੋਰਟ, D5 ਚੈਨਲ, ਪੰਜਾਬੀ।